ਤੇ ਅੱਜ ਅਸੀਂ ਪਹੁੰਚੇ ਹਾਂ ਪਾਕਿਸਤਾਨ ਦੇ ਇੱਕ ਬਹੁਤ ਹੀ ਤਾਰੀਖੀ ਰੇਲਵੇ ਸਟੇਸ਼ਨ ਜਿਹਦਾ ਨਾਮ ਹੈ ਪਸਰੂਰ। ਬਹੁਤ ਸਾਰੇ ਸਾਡੇ ਜਿਹੜੇ ਸਿੱਖ ਵੀਰ ਸੀ ਇਸ ਰੇਲਵੇ ਸਟੇਸ਼ਨ ਤੋਂ ਚੜ੍ਹਦੇ ਪੰਜਾਬ ਨੂੰ ਗਏ। ਇਸ ਰੇਲਵੇ ਸਟੇਸ਼ਨ ਦੀ ਜਿਹੜੀ ਤਾਰੀਖ ਹੈ ਉਹ 100 ਸਾਲ ਤੋਂ ਵੀ ਪੁਰਾਣੀ ਹੈ ਕਿ ਇਹਨਾਂ ਦੀ ਛਾਂ ਥੱਲੇ ਕਦੀ ਕੋਈ ਸਿੱਖ, ਕਦੀ ਕੋਈ ਹਿੰਦੂ ਅਤੇ ਕਦੀ ਕੋਈ ਮੁਸਲਮਾਨ ਬਹਿ ਕੇ ਆਪਣੇ ਆਉਣ ਵਾਲਿਆਂ ਦਾ ਇੰਤਜ਼ਾਰ ਕਰਦਾ ਹੋਣਾ ਸੀ। ਆਪਣੀ ਇੰਡੀਆ ਪੰਜਾਬ ਦੇ ਜਿਹੜੇ ਸ਼ਹਿਰ ਸਨ ਅੰਮ੍ਰਿਤਸਰ ਅਤੇ ਗੁਰਦਾਸਪੁਰ ਨੂੰ ਜਾਂਦੀਆਂ ਸਨ। ਇੱਥੋਂ ਜਿਹੜੇ ਲੋਕ ਉੱਜੜ ਕੇ ਗਏ ਸਨ ਉਹ ਕਦੀ ਵਾਪਸ ਨਹੀਂ ਆਏ। ਸ਼ਾਇਦ ਇਹਨਾਂ ਦਰਖਤਾਂ ਨੂੰ ਵੀ ਉਹਨਾਂ ਨੂੰ ਮਿਲਣ ਦੀ ਆਸ ਹੈ ਕਿ ਉਹ ਲੋਕ ਪਰਤਨ ਜਿਹੜੇ ਇਹਨਾਂ ਦੀ ਛਾਂ ਥੱਲੇ ਪੈਂਦੇ ਸਨ। ਬਹੁਤ ਸਾਰੇ ਸ਼ਹਿਰਾਂ ਦਾ ਨਾਮ ਐਸੇ ਤੁਸੀਂ ਵੇਖ ਸਕਦੇ ਹੋ ਜਿਵੇਂ ਕਿਲ੍ਹਾ ਸੁਭਾਗ ਸਿੰਘ ਹੈ। ਇਹ ਵੀ ਸਾਰਾ ਜਿਹੜਾ ਏਰੀਆ ਸੀ ਉਹ ਸਿੱਖ ਵੀਰਾਂ ਦਾ ਸੀ। 1947 ਦੀ ਵੰਡ ਵਿੱਚੋਂ ਕਿਤੇ ਮਾਵਾਂ ਪੁੱਤਰਾਂ ਤੋਂ ਵਿਛੜੀਆਂ, ਕਿਤੇ ਭੈਣਾਂ ਵੀਰਾਂ ਤੋਂ ਵਿਛੜੀਆਂ ਅਤੇ ਕਿਤੇ ਪਿਓ ਪੁੱਤਰਾਂ ਤੋਂ ਵਿਛੜੇ। ਅਸਲਾਮ ਅਲੈਕੁਮ ਅਤੇ ਸਤਿ ਸ਼੍ਰੀ ਅਕਾਲ ਵੀਰੋ, ਮੈਂ ਹਾਂ ਤੁਹਾਡਾ ਆਪਣਾ ਮੇਜ਼ਬਾਨ ਨਹੀਂ ਤਸੱਵਰ ਅਤੇ ਤੁਸੀਂ ਵੇਖ ਰਹੇ ਹੋ ਰੈਤਲ ਟੀ ਵੀ ਓਫਿਸ਼ਲ। ਰੈਤਲ ਟੀ ਵੀ ਦੇ ਵੇਖਣ ਵਾਲਿਆਂ ਸਭੇ ਬੇਲੀਆਂ ਮਿੱਤਰਾਂ ਨੂੰ ਢੇਰ ਸਾਰਾ ਪਿਆਰ। ਅਤੇ ਅੱਜ ਅਸੀਂ ਪਹੁੰਚੇ ਹਾਂ ਪਾਕਿਸਤਾਨ ਦੇ ਇੱਕ ਬਹੁਤ ਹੀ ਤਾਰੀਖੀ ਰੇਲਵੇ ਸਟੇਸ਼ਨ ਜਿਹਦਾ ਨਾਮ ਹੈ ਪਸਰੂਰ। ਸੱਜਣੋ, ਇਸ ਤਾਰੀਖੀ ਰੇਲਵੇ ਸਟੇਸ਼ਨ ਦੀ ਤਾਰੀਖ ਬਾਰੇ ਅਗਰ ਦੱਸੀਏ, ਜਦੋਂ ਅਸੀਂ ਤਾਰੀਖ ਦੇ ਵਰਕੇ ਪਰੋਲਨੇ ਹਾਂ ਅਤੇ ਇਹਦੀ ਜੁੜਤ ਜਿਹੜੀ ਹੈ 1947 ਦੀ ਵੰਡ ਨਾਲ ਜਾ ਕੇ ਮਿਲਦੀ ਹੈ। ਬੜੀਆਂ ਤਲਖ ਯਾਦਾਂ ਇਸ ਰੇਲਵੇ ਸਟੇਸ਼ਨ ਦੀਆਂ ਨੇ ਕਿ ਜਦੋਂ ਵੰਡ ਪਈ ਅਤੇ ਬਹੁਤ ਸਾਰੇ ਸਾਡੇ ਜਿਹੜੇ ਸਿੱਖ ਵੀਰ ਸੀ ਇਸ ਰੇਲਵੇ ਸਟੇਸ਼ਨ ਤੋਂ ਚੜ੍ਹਦੇ ਪੰਜਾਬ ਨੂੰ ਗਏ। ਅਹਿਸਾਸ ਨਾਲ ਗਏ ਕਿ ਉਹ ਵਾਪਸ ਆ ਜਾਣਗੇ, ਆਪਣੀਆਂ ਜਾਇਦਾਦਾਂ ਸੰਭਾਲਣਗੇ, ਆਪਣੇ ਪਿਆਰਿਆਂ ਨੂੰ ਮਿਲਣਗੇ। ਪਰ ਅਸੀਂ ਜਾਣਦੇ ਹਾਂ ਤਾਰੀਖ ਇਹ ਚੀਖ ਚੀਖ ਕੇ ਦੱਸਦੀ ਹੈ ਕਿ 1947 ਦੀ ਵੰਡ ਵਿੱਚੋਂ ਕਿਤੇ ਮਾਵਾਂ ਪੁੱਤਰਾਂ ਤੋਂ ਵਿਛੜੀਆਂ, ਕਿਤੇ ਭੈਣਾਂ ਵੀਰਾਂ ਤੋਂ ਵਿਛੜੀਆਂ ਅਤੇ ਕਿਤੇ ਪਿਓ ਪੁੱਤਰਾਂ ਤੋਂ ਵਿਛੜੇ, ਫਿਰ ਉਹ ਕਦੀ ਵਾਪਸ ਨਹੀਂ ਮਿਲ ਸਕੇ। ਸੱਜਣੋ, ਇਸ ਰੇਲਵੇ ਸਟੇਸ਼ਨ ਦੀ ਤਾਰੀਖ ਬਾਰੇ ਅਸੀਂ ਤੁਹਾਨੂੰ ਦੱਸੀਏ ਅਤੇ ਇਸ ਰੇਲਵੇ ਸਟੇਸ਼ਨ ਦੀ ਜਿਹੜੀ ਤਾਰੀਖ ਹੈ ਉਹ 100 ਸਾਲ ਤੋਂ ਵੀ ਪੁਰਾਣੀ ਹੈ। 1915 ਵਿੱਚ ਅੰਗਰੇਜ਼ਾਂ ਨੇ ਜਦੋਂ ਪੰਜਾਬ ਦੇ ਅੰਦਰ ਆਮਦੋ ਰਫਤ ਦੇ ਜਿਹੜੇ ਜ਼ਰਾਏ ਸਨ ਉਹ ਵਧਾਉਣ ਲਈ ਸੜਕਾਂ ਦਾ ਜਾਲ ਵਿਛਾਇਆ ਅਤੇ ਉਹਨਾਂ ਨੇ ਸਿਆਲਕੋਟ ਤੋਂ ਨਾਰੋਵਾਲ ਦੇ ਦਰਮਿਆਨ ਇੱਕ ਟਰੈਕ ਵਿਛਾਇਆ ਜਿਹਦਾ ਨਾਂ ਸੀ ਸਿਆਲਕੋਟ ਨਾਰੋਵਾਲ ਟਰੈਕ। ਅਤੇ ਇਸੇ ਟਰੈਕ ਦੇ ਵਿੱਚ ਪਸਰੂਰ ਦਾ ਜਿਹੜਾ ਤਾਰੀਖੀ ਰੇਲਵੇ ਸਟੇਸ਼ਨ ਹੈ ਉਹ ਆਉਂਦਾ ਹੈ। ਤਾਰੀਖ ਦੇ ਜਿਹੜੇ ਵਰਕੇ ਨੇ ਉਹ ਇਸ ਚੀਜ਼ ਦੀ ਗਵਾਹੀ ਦਿੰਦੇ ਨੇ ਕਿ ਸਿਆਲਕੋਟ ਤੋਂ ਜਿਹੜੀ ਟ੍ਰੇਨ ਜਾਂਦੀ ਸੀ ਨਾਰੋਵਾਲ ਅਤੇ ਨਾਰੋਵਾਲ ਤੋਂ ਫਿਰ ਡੇਰਾ ਕਰਤਾਰਪੁਰ ਸਾਹਿਬ ਅਤੇ ਫਿਰ ਆਖਰੀ ਜਿਹੜਾ ਰੇਲਵੇ ਸਟੇਸ਼ਨ ਸੀ ਜੱਸਰ ਉੱਥੋਂ ਹੁੰਦਿਆਂ ਹੋਈਆਂ ਇੰਡੀਆ ਪੰਜਾਬ ਦੇ ਜਿਹੜੇ ਸ਼ਹਿਰ ਸਨ ਅੰਮ੍ਰਿਤਸਰ ਅਤੇ ਗੁਰਦਾਸਪੁਰ ਨੂੰ ਜਾਂਦੀਆਂ ਸਨ। ਤਾਰੀਖੀ ਰੇਲਵੇ ਸਟੇਸ਼ਨ ਜਿੱਦਾਂ ਇਹ ਟਰੈਕ ਹੈ, ਇਸ ਟਰੈਕ ਤੋਂ ਅੱਜ ਵੀ ਸਾਡੇ ਪਾਕਿਸਤਾਨ ਦੇ ਮੌਜੂਦਾ ਸ਼ਹਿਰ ਨਾਰੋਵਾਲ ਅਤੇ ਅਗਰ ਅਸੀਂ ਪੁਰਾਣੇ ਵੇਲਿਆਂ ਦੀ ਗੱਲ ਕਰੀਏ ਤਾਂ ਇਹੀ ਜਿਹੜਾ ਟਰੈਕ ਸੀ ਉਹ ਨਾਰੋਵਾਲ ਤੋਂ ਹੁੰਦਾ ਹੋਇਆ ਡੇਰਾ ਸਾਹਿਬ ਸਟੇਸ਼ਨ ਅਤੇ ਪਾਕਿਸਤਾਨ ਦਾ ਜਿਹੜਾ ਆਖਰੀ ਰੇਲਵੇ ਸਟੇਸ਼ਨ ਹੈ ਜੱਸਰ ਰੇਲਵੇ ਸਟੇਸ਼ਨ ਉੱਥੋਂ ਹੁੰਦਾ ਹੋਇਆ ਜ਼ਿਲ੍ਹਾ ਗੁਰਦਾਸਪੁਰ ਅਤੇ ਅੰਮ੍ਰਿਤਸਰ ਨੂੰ ਪੂਰਾ ਕਰਦਾ। ਪਰ ਅੱਜ ਅਗਰ ਤੁਸੀਂ ਦੇਖ ਸਕੋ ਇਸ ਟਰੈਕ ਦੀ ਜਿਹੜੀ ਜਿਹੜਾ ਜੰਗ ਲੱਗਿਆ ਹੈ ਉਹ ਦੱਸਦਾ ਹੈ ਕਿ ਹੁਣ ਇੱਥੇ ਕਿੰਨੀਆਂ ਘੱਟ ਟ੍ਰੇਨਾਂ ਆਉਂਦੀਆਂ ਨੇ ਜਾਂ ਇੱਥੋਂ ਆਮਦੋ ਰਫਤ ਕਿੰਨੀ ਕੁ ਘੱਟ ਹੁੰਦੀ ਹੈ। ਪਰ ਤਾਰੀਖ ਜਿਹੜੀ ਹੈ ਇਸ ਰੇਲਵੇ ਸਟੇਸ਼ਨ ਉਹ ਚੀਖ ਚੀਖ ਕੇ ਬੋਲਦੀ ਹੈ। ਜੇ ਇੱਕ ਵੇਲਾ ਸੀ ਜਦੋਂ ਇੱਥੋਂ ਲੋਕ ਆਪਣੇ ਪਿਆਰਿਆਂ ਨੂੰ ਮਿਲਣ ਜਾਂਦੇ ਸਨ ਅਤੇ ਫਿਰ ਫਰਕ ਆਉਂਦਾ, ਪਰ ਕਈ ਲੋਕ ਤਾਂ ਐਸੇ ਵਿਚਾਰੇ ਇੱਥੋਂ ਇਸੇ ਟਰੈਕ ਤੋਂ ਸਾਡੇ ਚੜ੍ਹਦੇ ਪੰਜਾਬ ਨੂੰ ਗਏ, ਅਹਿਸਾਸ 'ਤੇ ਗਏ ਸਨ ਕਿ ਵਾਪਸ ਆ ਜਾਣ, ਪਰ ਉਹਨਾਂ ਨੂੰ ਕੀ ਪਤਾ ਸੀ ਕਿ ਸ਼ਾਇਦ ਉਹ ਕਦੀ ਵਾਪਸ ਨਹੀਂ ਜਾ ਸਕਦਾ। ਜੀ ਵੀਰੋ, ਮੈਂ ਇਸ ਵੇਲੇ ਖਲੋਤਾ ਹਾਂ ਇੱਕ ਪਿੱਪਲ ਦੇ ਦਰਖਤ ਥੱਲੇ। ਹੋਰ ਕਈ ਸਾਰੇ ਇੱਥੇ ਪਿੱਪਲ ਦੇ ਦਰਖਤ ਨੇ ਅਤੇ ਇਹ ਪਿੱਪਲ ਦੇ ਦਰਖਤਾਂ ਦੀ ਜਿਹੜੀ ਛਾਂ ਹੈ, ਇਹਨਾਂ 'ਤੇ ਬੋਲਣ ਵਾਲੇ ਜਿਹੜੇ ਪਰਿੰਦੇ ਨੇ
ਉਹ ਇਸ ਚੀਜ਼ ਦੀ ਗਵਾਹੀ ਦਿੰਦੇ ਨੇ ਕਿ ਇਹਨਾਂ ਦੀ ਛਾਂ ਥੱਲੇ ਕਦੀ ਕੋਈ ਸਿੱਖ, ਕਦੀ ਕੋਈ ਹਿੰਦੂ ਅਤੇ ਕਦੀ ਕੋਈ ਮੁਸਲਮਾਨ ਬਹਿ ਕੇ ਆਪਣੇ ਆਉਣ ਵਾਲਿਆਂ ਦਾ ਇੰਤਜ਼ਾਰ ਕਰਦਾ ਹੋਣਾ ਸੀ, ਆਪਣੀ ਮਿਲਣ ਦੀ ਕਿਸੇ ਦੀ ਚਾਹ 'ਚ ਬੈਠਾ ਹੋਣਾ ਸੀ। ਪਰ ਅੱਜ ਇਹਨਾਂ ਦਰੱਖਤਾਂ ਦੀ ਜਿਹੜੀ ਛਾਂ ਹੈ ਉਹ ਖਾਮੋਸ਼ ਹੈ ਕਿ ਇੱਥੋਂ ਜਿਹੜੇ ਲੋਕ ਉੱਜੜ ਕੇ ਗਏ ਸਨ ਉਹ ਕਦੀ ਵਾਪਸ ਨਹੀਂ ਆਏ। ਸ਼ਾਇਦ ਇਹਨਾਂ ਦਰੱਖਤਾਂ ਨੂੰ ਵੀ ਉਹਨਾਂ ਨੂੰ ਮਿਲਣ ਦੀ ਆਸ ਹੈ ਕਿ ਉਹ ਲੋਕ ਪਰਤਨ ਜਿਹੜੇ ਇਹਨਾਂ ਦੀ ਛਾਂ ਥੱਲੇ ਬਹਿੰਦੇ ਸਨ, ਇਹਨਾਂ ਰੁੱਖਾਂ ਥੱਲੇ ਬਹਿੰਦੇ ਸਨ। ਪਰ 47 ਦੀ ਵੰਡ ਨੇ ਜਿਹੜਾ ਵਿਛੋੜਾ ਪਾਇਆ ਉਹ ਸਾਰੇ ਜਾਣਦੇ ਨੇ ਕਿ ਬਹੁਤ ਸਾਰੇ ਲੋਕ ਉੱਧਰ ਤੜਫਦੇ ਨੇ ਕਿ ਉਹ ਆਪਣੇ ਪੁਰਾਣੇ ਲੋਕਾਂ ਨੂੰ ਆ ਕੇ ਮਿਲਣ, ਆਪਣੀਆਂ ਜਾਇਦਾਦਾਂ ਨੂੰ ਵੇਖਣ, ਅਤੇ ਜਿਹੜੇ ਲੋਕ ਉੱਧਰੋਂ ਉੱਜੜ ਕੇ ਇੱਧਰ ਆਏ ਸਨ ਉਹ ਵੀ ਤੜਪ ਰੱਖਦੇ ਨੇ ਕਿ ਆਪਣੇ ਪਿਆਰਿਆਂ ਨੂੰ, ਆਪਣਿਆਂ ਯਾਰਾਂ ਨੂੰ, ਆਪਣਾ ਮਿੱਤਰਾਂ ਨੂੰ, ਆਪਣੀਆਂ ਬੇਲੀਆਂ ਨੂੰ ਉੱਧਰ ਜਾ ਕੇ ਮਿਲ ਸਕਣ। ਵੀਰੋ ਇਹ ਜਿਹੜੀ ਸੜਕ ਦੀ ਟ੍ਰੈਫਿਕ ਤੁਹਾਨੂੰ ਨਜ਼ਰ ਆ ਰਹੀ ਹੈ ਇਹ ਨਾਰੋਵਾਲ ਅਤੇ ਸ਼ਕਰਗੜ੍ਹ ਨੂੰ ਉੱਥੋਂ ਹੁੰਦਿਆਂ ਹੋਇਆਂ ਫਿਰ ਕਰਤਾਰਪੁਰ ਸਾਹਿਬ ਨੂੰ, ਅਤੇ ਇਹ ਸਾਰਾ ਜਿਹੜਾ ਏਰੀਆ ਹੈ ਇਹ ਪਸਰੂ ਰੇਲਵੇ ਸਟੇਸ਼ਨ ਦਾ ਹੈ। ਤੁਸੀਂ ਵੇਖ ਸਕਦੇ ਹੋ ਕਿ ਬਹੁਤ ਬੜਾ ਏਰੀਆ ਜਿਹੜਾ ਹੈ ਉਹ ਪਸਰੂਰ ਸਟੇਸ਼ਨ ਦੇ ਨਾਵੇਂ ਬੋਲਦਾ ਹੈ। ਪਰ ਵਕਤ ਦੀ ਸਿਤਮ ਜ਼ਰੀਫੀ ਵੇਖੋ ਕਿ ਐਡਾ ਤਾਰੀਖੀ ਰੇਲਵੇ ਸਟੇਸ਼ਨ ਜਿਹੜਾ ਹੈ ਉਹ ਟੁੱਟ ਪੁੱਟ ਦਾ ਸ਼ਿਕਾਰ ਹੈ ਅਤੇ ਕੋਈ ਖਾਸ ਇੱਥੇ ਲੋਕਾਂ ਦੀ ਜਿਹੜੀ ਹੈ ਉਹ ਆਮਦੋ ਰਫਤ ਨਹੀਂ ਹੈਗੀ। ਬਹੁਤ ਬੜਾ ਏਰੀਆ ਜਿਹੜਾ ਹੈ ਕਿ ਇਸ ਵੇਲੇ ਬਿਆਬਾਨ ਮੰਜਰ ਪਿਆ ਹੋਇਆ ਹੈ। ਜੀ ਅਤੇ ਵੀਰੋ ਇਸ ਵੇਲੇ ਅਸੀਂ ਤੁਹਾਨੂੰ ਪਸਰੂਰ ਰੇਲਵੇ ਸਟੇਸ਼ਨ ਦਾ ਜਿਹੜਾ ਮਰਕਜ਼ੀ ਗੇਟ ਹੈ ਜਿਹਨੂੰ ਅਸੀਂ ਐਂਟਰੈਂਸ ਕਹਿੰਦੇ ਹਾਂ ਉਹ ਦਿਖਾਉਂਦੇ ਹਾਂ। ਦੇਖ ਸਕਦੇ ਹੋ ਤੁਸੀਂ ਕਿ ਇੱਥੋਂ ਹੀ ਮੁਸਾਫਰ ਆਉਂਦੇ ਨੇ ਅਤੇ ਇੱਥੋਂ ਹੀ ਮੁਸਾਫਰ ਜਿਹੜੇ ਨੇ ਉਹ ਬਾਹਰ ਜਾਂਦੇ ਨੇ। ਇਸ ਵੇਲੇ ਕੁਝ ਫੈਮਲੀਆਂ ਜਿਹੜੀਆਂ ਨੇ ਉਹ ਆਪਣਾ ਟ੍ਰੇਨ ਦਾ ਇੰਤਜ਼ਾਰ ਕਰਨ ਵਾਸਤੇ ਸਟੇਸ਼ਨ 'ਤੇ ਪਹੁੰਚੀਆਂ ਨੇ। ਕੁਝ ਹੋਰ ਫੈਮਲੀਆਂ ਵੀ ਨੇ ਜਿਹੜੀਆਂ ਕਿ ਸਟੇਸ਼ਨ 'ਤੇ ਇਸ ਵੇਲੇ ਬੈਠੀਆਂ ਜਿਹੜੀਆਂ ਇੰਤਜ਼ਾਰ ਕਰ ਰਹੀਆਂ ਨੇ। ਪਰ ਇਹ ਮੋਟਰਸਾਈਕਲ ਜਿਹੜੇ ਨੇ ਇਹ ਜ਼ਿਆਦਾਤਰ ਜਿਹੜੇ ਨੇ, ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਇਹ ਮੁਸਾਫਰਾਂ ਦੇ ਘੱਟ ਨੇ ਅਤੇ ਪਿਕਨਿਕ ਪੁਆਇੰਟ ਜ਼ਿਆਦਾ ਬਣ ਗਿਆ ਹੈ ਅਤੇ ਦਿਨ 'ਚ 2 ਜਾਂ 3 ਟ੍ਰੇਨਾਂ ਜਿਹੜੀਆਂ ਨੇ ਉਹ ਇੱਥੋਂ ਗੁਜ਼ਰਦੀਆਂ ਨੇ। ਇੱਕ ਲਾਹੌਰ ਤੋਂ ਸਿਆਲਕੋਟ ਜਾਂਦੀ ਹੈ, ਇੱਕ ਸਿਆਲਕੋਟ ਤੋਂ ਕਰਾਚੀ ਨੂੰ ਜਾਂਦੀ ਹੈ ਅਤੇ ਇੱਥੋਂ ਜਿਹੜੇ ਥੋੜ੍ਹੇ ਬਹੁਤ ਮੁਸਾਫਰ ਨੇ ਲਾਹੌਰ ਜਾਣ ਵਾਲੇ ਜਾਂ ਪਾਕਿਸਤਾਨ ਦੇ ਦੂਸਰੇ ਸ਼ਹਿਰਾਂ ਨੂੰ ਜਾਣ ਵਾਲੇ ਇਸ ਟਰੈਕ ਤੋਂ ਹੁੰਦੇ ਆ ਆਪਣੇ ਪਿਆਰਿਆਂ ਕੋਲ ਪਹੁੰਚਦੇ ਨੇ। ਫਿਰ ਉਹ ਸਟੇਸ਼ਨ ਦੇ ਉੱਤੇ ਇਸ ਵੇਲੇ ਜਿਹੜਾ ਕਿਰਾਇਆ ਨਾਮਾ ਹੈ ਉਹ ਤੁਸੀਂ ਵੇਖ ਸਕਦੇ ਹੋ ਕਿ ਇੱਥੋਂ ਚਵਿੰਡਾ, ਸਿਆਲਕੋਟ, ਕਿਲ੍ਹਾ ਸੁਭਾਗ ਸਿੰਘ, ਨਾਰੋਵਾਲ, ਬਦੋਮੱਲੀ, ਨਾਰੰਗ, ਸ਼ਾਦਰਾ, ਲਾਹੌਰ, ਕੋਟਲਖਪਤ ਅਤੇ ਇੱਥੋਂ ਸਾਰੇ ਛੋਟੇ ਛੋਟੇ ਸ਼ਹਿਰਾਂ 'ਚੋਂ ਹੁੰਦੇ ਆਇਆ ਜਿਹੜੀ ਟ੍ਰੇਨ ਹੈ ਉਹ ਕਰਾਚੀ ਨੂੰ ਜਾਂਦੀ ਹੈ। ਇਹ ਹੈ ਜੀ ਲਾਮਾ ਇਕਬਾਲ ਐਕਸਪ੍ਰੈਸ ਅਤੇ ਉਸ ਤੋਂ ਇਲਾਵਾ ਹੋਰ ਜਿਹੜੀਆਂ ਕਾਫੀ ਸਾਰੀਆਂ ਗੱਡੀਆਂ ਨੇ ਉਹ ਮੁਖਤਲਿਫ ਸ਼ਹਿਰਾਂ 'ਚ ਜਿਵੇਂ ਲਾਹੌਰ ਤੋਂ ਸਿਆਲਕੋਟ ਹੈ, ਸਿਆਲਕੋਟ ਤੋਂ ਲਾਹੌਰ ਹੈ ਅਤੇ ਕਰਾਚੀ ਤੋਂ ਸਿਆਲਕੋਟ ਜਿਹੜੀਆਂ ਉਹ ਇੱਥੋਂ ਜਾਂਦੀਆਂ ਨੇ। ਸੰਬੜਿਆਲ ਅਤੇ ਵਜ਼ੀਰਾਬਾਦ, ਬਹੁਤ ਸਾਰੇ ਸ਼ਹਿਰਾਂ ਦੇ ਨਾਮ ਐਸੇ ਤੁਸੀਂ ਵੇਖ ਸਕਦੇ ਹੋ ਜਿਵੇਂ ਕਿਲ੍ਹਾ ਸੁਭਾਗ ਸਿੰਘ ਹੈ, ਇਹ ਵੀ ਸਾਰਾ ਜਿਹੜਾ ਏਰੀਆ ਸੀ ਉਹ ਸਿੱਖ ਵੀਰਾਂ ਦਾ ਸੀ ਅਤੇ ਪਸਰੂਰ ਦੇ ਆਲੇ ਦੁਆਲੇ ਅਤੇ ਸਿਆਲਕੋਟ ਦੇ ਆਲੇ ਦੁਆਲੇ ਹੋਰ ਬਹੁਤ ਸਾਰੇ ਐਸੇ ਪਿੰਡ ਨੇ ਜਿਹੜੇ ਕਿ ਅੱਜ ਵੀ ਸਾਡੇ ਸਿੱਖ ਵੀਰਾਂ ਦੇ ਨਾਮ ਤੋਂ ਨੇ। ਬਹੁਤ ਸਾਰੇ ਲੋਕ ਜਿਹੜੇ ਨੇ ਉਹ ਇਹ ਜਾਣਨਾ ਚਾਹੁੰਗੇ ਕਿ ਸਿਆਲਕੋਟ ਦੀ ਜਿਹੜੀ ਟੈਰੀਟਰੀ ਹੈ, ਜਿਹੜਾ ਡਿਸਟ੍ਰਿਕਟ ਹੈ, ਉਹਦੇ ਆਲੇ ਦੁਆਲੇ ਸਿੱਖਾਂ ਦੀ ਆਬਾਦੀ ਕਿਉਂ ਜ਼ਿਆਦਾ ਸੀ। ਅਤੇ ਉਹਦੀ ਵਜ੍ਹਾ ਜਨਾਬ ਸਿਰਫ ਇਹ ਸੀ ਕਿ ਸਿੱਖ ਧਰਮ ਦੇ ਜਿਹੜੇ ਬਾਨੀ ਸਨ ਬਾਬਾ ਗੁਰੂ ਨਾਨਕ ਸਰਕਾਰ ਹੋਰਾਂ ਨੇ, ਉਹਨਾਂ ਨੇ ਕਰਤਾਰਪੁਰ ਆਪਣੀ ਹਯਾਤੀ ਦੇ ਆਖਰੀ ਜਿਹੜੇ ਦਿਨ ਸਨ ਉਹ ਗੁਜ਼ਾਰੇ ਸਨ ਅਤੇ ਉਸ ਵਜ੍ਹਾ ਤੋਂ ਹੀ ਉਹਨਾਂ ਦੇ ਜਿਹੜੇ ਮੰਨਣ ਵਾਲੇ ਸਨ ਉਹਨਾਂ ਨੇ ਵੀ ਆਲੇ ਦੁਆਲੇ ਆਪਣੀ ਜਿਹੜੀ ਰਿਹਾਇਸ਼ ਹੈ ਜਾਂ ਆਪਣਾ ਜਿਹੜਾ
ਜੀਣ ਵਰਤਣ ਹੈ ਉਹ ਮੁਖਤਲਿਫ ਪਿੰਡਾਂ 'ਚ ਉਹਨਾਂ ਨੇ ਰਿਹਾਇਸ਼ ਇਖਤਿਆਰ ਕੀਤੀ ਸੀ। ਇਹੀ ਵਜ੍ਹਾ ਹੈ ਕਿ ਜ਼ਿਲ੍ਹਾ ਸਿਆਲਕੋਟ ਦੇ ਵਿੱਚ ਸਾਡੇ ਸਿੱਖ ਵੀਰਾਂ ਦੀ ਬਹੁਤ ਵੱਡੀ ਜਿਹੜੀ ਤਾਦਾਦ ਸੀ ਉਹ ਰਹਿੰਦੀ ਸੀ ਅਤੇ ਅੱਜ ਵੀ ਬਹੁਤ ਸਾਰੇ ਜਿਹੜੇ ਪਿੰਡ ਨੇ ਉਹਨਾਂ ਦੇ ਨਾਂ ਤੋਂ ਵੱਜਦੇ ਨੇ। ਵੀਰੋ ਇਹ ਜਿਹੜਾ ਰੇਲਵੇ ਸਟੇਸ਼ਨ ਹੈ ਇੱਥੋਂ ਹੁਣ ਸਿਰਫ ਇੱਕ ਜਾਂ ਦੋ ਟ੍ਰੇਨਾਂ ਜਿਹੜੀਆਂ ਨੇ ਉਹ ਪਾਕਿਸਤਾਨ ਦੇ ਮੁਖਤਲਿਫ ਸ਼ਹਿਰਾਂ ਨੂੰ ਜਾਂਦੀਆਂ ਨੇ, ਲੇਕਿਨ ਅਗਰ ਵੇਖਿਆ ਜਾਏ ਤਾਂ ਆ ਤੁਸੀਂ ਵੇਖ ਸਕਦੇ ਹੋ ਰੇਲਵੇ ਸਟੇਸ਼ਨ ਘੱਟ ਅਤੇ ਇੱਥੇ ਆਸ ਪਾਸ ਦੇ ਜਿਹੜੇ ਵਾਸੀ ਨੇ ਉਹਨਾਂ ਵਾਸਤੇ ਪਿਕਨਿਕ ਪੁਆਇੰਟ ਜ਼ਿਆਦਾ ਬਣ ਗਿਆ ਹੈ। ਰੇਲਵੇ ਸਟੇਸ਼ਨ ਦੇ ਉੱਤੇ ਕਿੰਨਾ ਕੁ ਰਸ਼ ਹੈ, ਕਿੰਨੀਆਂ ਕੁ ਟ੍ਰੇਨਾਂ ਦੀ ਆਮਦੋ ਰਸਤੇ ਅਤੇ ਬਾਕੀ ਜਿਹੜੀ ਸੂਰਤ ਹਾਲ ਹੈ ਉਹ ਤੁਹਾਡੀਆਂ ਅੱਖਾਂ ਦੇ ਸਾਹਮਣੇ ਆ। ਇਹ ਵੀਡੀਓ ਬਣਾਉਣ ਦਾ ਮਕਸਦ ਸਿਰਫ ਸਿਰਫ ਉਹ ਹੀ ਹੈ ਕਿ ਸਾਡੇ ਉਹ ਵੀਰ ਜਿਹੜੇ ਕਿ ਇੱਥੋਂ ਉੱਜੜ ਕੇ ਸੰਨ 47 ਵੇਲੇ ਇੰਡੀਆ 'ਚ ਗਏ ਸਨ ਉਹ ਵੇਖ ਸਕਣ ਕਿ ਉਸ ਵੇਲੇ ਇੱਥੇ ਕਿੰਨੀ ਬਹਾਰ ਸੀ, ਕਿੰਨੀ ਚਹਿਲ ਪਹਿਲ ਸੀ, ਪਰ ਹੁਣ ਜਿਹੜੀ ਸਟੇਸ਼ਨ ਦੀ ਖਸਤਾ ਹਾਲੀ ਜਾਂ ਕਹਿ ਲਓ ਕਿ ਇੱਥੇ ਜਿਹੜੀ ਉਦਾਸੀ ਹੈ ਉਹ ਚੀਕ ਚੀਕ ਕੇ ਆਪਣੇ ਪੁਰਾਣੇ ਵਾਸੀਆਂ ਨੂੰ ਬੁਲਾ ਰਹੀ ਹੈ।